ਗਰੀਬੀ ਇਨਸਾਨ ਨੂੰ ਕੁਝ ਵੀ ਕਰਨ ਲਈ ਮਜਬੂਰ ਕਰ ਦਿੰਦੀ ਹੈ। ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ 45 ਡਿਗਰੀ ਟੈਂਪਰੇਚਰ ਦੇ ਵਿੱਚ ਗਰਮ ਧੁੱਪ 'ਚ 10 ਸਾਲ ਦੀ ਉਮਰ ਦਾ ਇਹ ਬੱਚਾ ਗਲੀਆਂ ਅਤੇ ਇਲਾਕਿਆਂ ਵਿੱਚ ਘੁੰਮ ਕੇ ਚਾਦਰਾ ਵੇਚਣ ਲਈ ਮਜਬੂਰ ਹੈ। ਇਸ ਤਪਦੀ ਧੁੱਪ ਵਿੱਚ ਜਿੱਥੇ ਅਸੀਂ ਆਪਣੇ ਘਰ ਤੋਂ ਆਪਣੇ ਦਫ਼ਤਰ 'ਚੋਂ ਬਾਹਰ ਨਿਕਲਣ ਲੱਗੇ 100 ਵਾਰ ਸੋਚਦੇ ਹਾਂ, ਉੱਥੇ ਇਹ ਨੰਨੀ ਜਿਹੀ ਜਾਨ ਆਪਣੇ ਪਰਿਵਾਰ ਲਈ ਇੰਨੀ ਤਪਦੀ ਧੁੱਪ ਵਿੱਚ ਕੰਮ ਕਰ ਰਿਹਾ ਹੈ। इस बच्चे दे परिवार बारे पता लग गया कि यह तीन भैन भरा ने ते अपने माता पिता दे नाल रहंदे ने, पर इस छोटे जिहे बच्चे दे पिता दी तबीयत काफी खराब रहंदी है, जिस कारण इस बच्चे नू परिवार दी खातिर काम करना पैंदा है। हां पुत्र, अमनदीप सिंह। अमनदीप सिंह, तेरे डैडी की काम करदे आ? हांजी, कपड़े। ते हुण की होया उहनां नू? हुण की होया? बीमार। बीमार। घर विच किन्ने जी आ तुसीं? पंज। पंज आ। ते ओह तेथों छोटे आ? हांजी। छोटे आ कि वड्डे आ? छोटे आ। उन्होंने रोटी रो वास्ते तू काम करदा वा? किन्ने कि दिहाड़ी कमा लैंदा वा तू? 200-200। किन्ने बजे घरों निकलदा हुन्ना? 8 बजे। ते फिर दोपहर दी रोटी कित्थों खाना? हांजी, दोपहर दी रोटी वगैरह घरों। छोटा बच्चा गली गली घूम अपना सामान बेचता है। इस बारे गली मोहल्ले दे वसनीकां ने दस्या कि यह बच्चा बहुत मेहनती है ते सरकार नूं इस दी गरीबी वेखदे होए इस दी मदद करनी चाहीदी है। अज एक छोटा जिहा बच्चा 10 साल दा चादरां वेच रिहा, की कहना चाहोगे तुसीं? इहनूं बहुत वारी वेख्या सी समान बेचदे, इहनूं कदे कुछ बेचदा बेचारा, कदे कुछ धुप्प दे विच, ते सरकार वल्लों वी इहदी कोई मदद कीती जावे। 5 भैण भरा है। की इह क्यों बेचदा, इहदे डैडी कोई कम नहीं करदे? हांजी, इह कहिंदा डैडी बीमार रहिंदे मेरे, तां करके 5 जणे दा बेचारा इह गुजारा चुकदा है। ਕਿਤੇ ਚੀਜ਼ ਵਿਕਦੀ ਕਿਤੇ ਨਹੀਂ ਵਿਕਦੀ ਇਹਦੀ, ਅਤੇ ਵੀ ਸਰਕਾਰ ਇਹਦੀ ਮਦਦ ਕਰਦੀ ਵੀ। ਛੋਟਾ ਜਿਹਾ ਬੱਚਾ 10 ਸਾਲ ਦਾ ਚਾਦਰਾਂ ਵੇਚਦਾ ਪਿਆ ਸੀਗਾ? ਹਾਂਜੀ, ਉਹ ਬਹੁਤ ਧੁੱਪੇ ਛਾਵੇਂ ਫਿਰਦਾ ਵਾ, ਅਤੇ ਉਹ ਤਿੰਨ ਭੈਣ ਭਰਾ ਅਤੇ 2 ਮਾਂ ਪਿਓ, 5 ਜੀਆਂ ਦਾ ਗੁਜ਼ਾਰਾ ਕਰਨ ਵਾਸਤੇ, ਕਦੇ ਕੁਛ ਵੇਚਦਾ ਕਦੇ ਕੁਛ ਵੇਚਦਾ, ਅਤੇ ਧੁੱਪੇ ਬਹੁਤ ਫਿਰਦਾ ਬੱਚੇ ਦੀ ਪੜ੍ਹਾਈ ਦਾ, ਅਤੇ ਕੁਛ ਇਹਨਾਂ ਦਾ ਖਰਚਾ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ। ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ? ਹਾਂਜੀ। ਕਿਸ ਤਰੀਕੇ ਦੀ ਮਦਦ ਹੋਣੀ ਚਾਹੀਦੀ ਹੈ? ਬੱਚਿਆਂ ਨੂੰ ਕੁਛ ਨਾ ਕੁਛ ਪਾਲਣ ਪੈਸਾ ਪੱਠਾ ਖਰਚਾ ਚਾਹੀਦਾ ਵਾ, ਘਰ ਦੇ ਵਿੱਚ ਗੁਜ਼ਾਰਾ ਤਾਂ ਕਰਨਾ ਚਾਹੀਦਾ ਬੱਚਿਆਂ ਨੂੰ। ਉਮਰ ਪੜ੍ਹਨ ਦੀ ਹੈਗੀ ਆ ਅਤੇ ਵਿਚਾਰਾ ਚਾਦਰਾਂ ਵੇਚਦਾ, ਕਿ ਉਮਰ ਪੜ੍ਹਨਾ ਨਹੀਂ ਚਾਹੀਦਾ ਇਹਨੂੰ? ਪੜ੍ਹਨਾ ਚਾਹੀਦਾ, 6ਵੀਂ ਪੜ੍ਹਦਾ ਬੱਚਾ ਫਿਰ ਪੜ੍ਹੂਗਾ, ਤਾਂ ਹੀ ਉਹਦੇ ਕੁਛ ਪੱਲੇ ਹੋਊਗਾ, ਤਾਂ ਹੀ ਬੱਚਾ ਪੜ੍ਹ ਸਕਦਾ। ਕਿਉਂ ਵੇਚਦਾ, ਕਾਹਤੋਂ ਵੇਚਦਾ, ਇਹ ਪੁੱਛਿਆ ਸੀ ਤੁਸੀਂ? ਹਾਂਜੀ, ਉਹ ਕਹਿੰਦਾ ਮੇਰੇ ਡੈਡੀ ਬਿਮਾਰ ਹੈ ਅਤੇ ਮੇਰੇ ਕੋਲ ਸਾਡੇ ਕੋਲ ਖਰਚਾ ਵੀ ਨਹੀਂ ਹੁੰਦਾ ਇੰਨਾ, ਤਾਂ ਕਰਕੇ ਵੇਚਦਾ। ਹਾਂਜੀ। ਅਤੇ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਇਹਦੇ ਲਈ? ਇਹਦੇ ਲਈ ਪੈਸੇ ਦੇ, ਇਹਦੀ ਪੜ੍ਹਾਈ ਲਈ ਪੈਸਾ ਚਾਹੀਦਾ। ਮਦਦ ਕੀਤੀ ਜਾਵੇ? ਮਦਦ ਕੀਤੀ ਜਾਵੇ। ਗਰੀਬੀ ਨਾ ਧੁੱਪ ਦੇਖੇ ਨਾ ਛਾਂ, ਇਸ ਬੱਚੇ ਦਾ ਕਿੱਤਾ ਦੱਸਦਾ ਹੈ। ਸਾਡੀਆਂ ਸਰਕਾਰਾਂ ਨੂੰ ਐਸੇ ਮਿਹਨਤੀ ਬੱਚਿਆਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ, ਜੋ ਗਰੀਬੀ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹਨ। ਮੋਗਾ ਤੋਂ ਪੱਤਰਕਾਰ ਗੁਰਦੇਵ ਪਾਮ ਦੀ ਰਿਪੋਰਟ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ, ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।